ਹਾਂ ਦੋਸਤੋ ਮਾਲਵਾ ਜੌਹੰਦੀ ਕੋਰ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਿੱਦਾਂ ਕਿ ਦੋਸਤੋ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ ਕਿ 1 ਜੂਨ ਤੋਂ ਲੈ ਕੇ 10 ਜੂਨ ਤੱਕ ਆਪਰੇਸ਼ਨ ਬਲੂ ਸਟਾਰ ਦੇ ਹੁੰਦੇ ਹਨ ਅਤੇ ਜੋ ਕਿ ਸਿੱਖ ਕੌਮ ਲਈ ਇੱਕ ਬੜੇ ਹੀ ਦੁਖਦਾਈ ਦਿਨ ਹੁੰਦੇ ਹਨ ਅੱਜ ਤੁਹਾਨੂੰ ਦੱਸ ਦਈਏ ਦੋਸਤੋ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 4 ਜੂਨ ਨੂੰ ਆਪਣਾ ਅਖਾੜਾ ਗੁਰੂਗ੍ਰਾਮ ਦੇ ਵਿੱਚ ਲਗਾਉਣੇ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਸਿੱਖ ਕੌਮ ਵੱਲੋਂ ਸਿੱਧੂ ਮੂਸੇਵਾਲਾ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਪੇਜਾਂ ਵੱਲੋਂ ਵੀ ਮੂਸੇਵਾਲਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਦੇ ਨਾਲ ਹੀ ਪੇਜਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਜੇਕਰ ਸਿੱਧੂ ਮੂਸੇਵਾਲਾ 4 ਜੂਨ ਨੂੰ ਅਖਾੜਾ ਲਾਉਂਦਾ ਹੈ ਤਾਂ ਇੰਦਰਾ ਦੇ ਪੁੱਤ ਮੰਡ ਅਤੇ ਮੂਸੇਵਾਲੇ ਵਿੱਚ ਕੀ ਫਰਕ رہ ਜਾਵੇਗਾ। ਅਦੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਲਿਖੀ ਹੈ ਕਿ ਜੂਨ ਦੇ ਪਹਿਲੇ 10 ਦਿਨ ਅਤੇ ਦਸੰਬਰ ਦੇ ਆਖਰੀ 10 ਦਿਨਾਂ ਵਿੱਚ ਜੇ ਕੋਈ ਫਿਲਮਾਂ ਅਤੇ ਅਖਾੜਿਆਂ ਦਾ ਪ੍ਰਚਾਰ ਕਰੂਗਾ ਉਸ ਨਾਲ ਕੋਈ ਵੀ ਲਿਹਾਜ਼ ਨਹੀਂ ਵਰਤੀ ਜਾਵੇਗੀ। ਤੇ ਇਸ ਤਰ੍ਹਾਂ ਦੋਸਤੋ ਸਿੱਧੂ ਮੂਸੇਵਾਲੇ ਦਾ ਇਸ ਅਖਾੜੇ ਨੂੰ ਲੈ ਕੇ ਬਹੁਤ ਵਿਰੋਧ ਕੀਤਾ ਜਾ ਰਿਹਾ ਹੈ। ਪਰ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਸਿੱਧੂ ਮੂਸੇਵਾਲੇ ਨੇ ਰਾਤ ਆਪਣੇ ਇੰਸਟਾਗ੍ਰam ਅਕਾਊਂ ਸੌਂਗ ਚਲਾਇਆ ਹੈ ਅਤੇ ਨਾਲ ਹੀ ਲਿਖਿਆ ਹੈ ਮਤਾਂ ਘਟ ਦਿਆ ਕਰੋ ਚੰਗੀਆਂ ਚੀਜ਼ਾਂ ਤੇ ਪੋਜ਼ਿਟਿਵਿਟੀ ਸਪਰੈਡ ਕਰਿਆ ਕਰੋ ਕਿਸੇ ਦੂਜੇ ਨੂੰ ਬੁਰਾ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਿਆ ਕਰੋ ਬਾਬਾ ਨਾਨਕ ਜੀ ਨੇ ਸਾਡਾ ਧਰਮ ਸਾਡੀ ਕਿਰਤ ਨੂੰ ਮੰਨਿਆ ਤੇ ਤੁਸੀਂ ਉਹਨਾਂ ਤੋਂ ਉੱਤੇ ਨਹੀਂ ਅਤੇ ਨਾਲ ਹੀ ਸਿੱਧੂ ਮੂਸੇਵਾਲੇ ਨੇ ਆਪਣਾ ਸੌਂਗ ਲਗਾਇਆ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਗੱਲ ਪੁੱਛ ਇਨ੍ਹਾਂ ਠੇਕੇਦਾਰਾਂ ਨੂੰ ਸਾਡਾ ਵੀ ਹੈ ਧਰਮ ਕਲਾ ਥੋੜਾ ਤਾਂ ਨਹੀਂ ਇਸ ਤਰ੍ਹਾਂ ਦੋਸਤੋ ਸਿੱਧੂ ਮੂਸੇਵਾਲੇ ਨੇ ਮੂਸੇਵਾਲੇ ਦਾ ਵਿਰੋਧ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਪਰ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਕਿਸ ਸਮੇ ਸਿੱਧੂ ਮੂਸੇਵਾਲਾ ਸਹੀ ਹੈ ਜਾਂ ਫਿਰ ਲੋਕ ਸਹੀ ਹਨ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਅਦੇ ਨਾਲ ਹੀ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ